हेलो, हम ऑडिबल आवाज आ रही? प्लीज प्लीज लेट मी क्लियर की आवाज आ रही है? हेलो, जी सर। यस, आई एम ऑडिबल। हाँ जी सर, आवाज आ रही है। सो आज जैसे कोडिंग डिकोडिंग में कंटिन्यू करेंगे, और ये अपनी एक लास्ट टाइप बची थी ओनू खत्म करके एक कोडिंग डिकोडिंग का सेशन हो रहा है परसों। ओदे विच असी डिस्कस करेंगे प्रीवियस ईयर के क्वेश्चन। तो प्रीवियस ईयर के विच पूछे गए सी ना क्वेश्चन कोडिंग डिकोडिंग के, वो मैं सारे कलेक्ट कर लिए हैं। अगले सेशन दो करेंगे, इस करके मैं दो सेशन कोडिंग डिकोडिंग करके है। आज सिर्फ आपको लास्ट वाली टाइप खत्म करेंगे जी अपनी एक रह गई। तो उस तो बाद तो शेड्यूल सारा मिल ही गया। 2 दिन रखे मैं एक न, एक सेशन रखे वह बेसिक लेवल करने लिए ताकि उनका कॉन्सेप्ट क्लियर हो जाए। जो दूसरा सेशन है ना वो रखे मैं प्रीवियस ईयर के क्वेश्चन पेपर लिए भी जिदा के क्वेश्चन पूछे जाते हैं ताकि तुहानू दोनों तरह क्लियर हो जाए भी उसको बेसिकली किवें करदे आ ते ओह जिहड़ा अप्रोच आपां पहले दिन सीखांगे उसनू प्रीवियस ईयर क्वेश्चन पेपर ते असीं किद्दां लगा सकदे। ठीक है, कोडिंग डिकोडिंग थोड़ा जिहा लेंथी सीगा, उदों आपां 2 सैशन लगा चुके हैं। अज अपना एक लास्ट सैशन होर रहेगा जिस आपां तीसरी टाइप नू कवर करांगे। तीसरी टाइप कवर करन दे बाद कल परसों दा जिहड़ा सैशन है उहदे विच असीं उहदे प्रीवियस ईयर क्वेश्चन लवांगे जिहड़े मिक्स होगा सारी टाइप दे विच। आपां एक शीट डिस्कस करांगे। ठीक है, मैं स्क्रीन शेयर कर रहे हैं तो फिर अभी लास्ट वाली टाइप करते हैं जिन्होंने अभी कहने हैं मिक्स्ड कोड। स्क्रीन विजिबल है सारे? हाँ जी सर। ओके, चलो आपका लास्ट टाइप फटाफट स्टार्ट कर दें।
ਲਾਸਟ ਟਾਈਪ ਜਿਹੜੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਮਿਕਸ ਕੋਡਿੰਗ। ਠੀਕ ਹੈ, ਤੇ ਇਹ ਕਿਵੇਂ ਕਰਦੇ? ਦੇਖੋ ਇਦਾਂ ਦੇ ਕੁਐਸਚਨ ਬਹੁਤ ਆਉਂਦੇ ਆ ਵੀ ਆਪਾਂ ਨੂੰ ਇੱਕ ਨਾ ਲੈਂਗੁਏਜ ਦਿੱਤੀ ਹੁੰਦੀ ਜਿਹੜੀ ਕਿ ਲੈਂਗੁਏਜ ਸ਼ਾਇਦ ਐਗਜ਼ਿਸਟ ਵੀ ਨਹੀਂ ਕਰਦੀ ਹੈ, ਪਰ ਫਿਰ ਵੀ ਆਪਾਂ ਨੂੰ ਦਿੱਤੀ ਹੁੰਦੀ, ਜਿਵੇਂ ਲਿਖਿਆ ਕਿ ਇਫ TCP ਮੀਨਸ ਡਰਿੰਕ ਫਰੂਟ ਜੂਸ, CKLEE ਮੀਨਸ ਜੂਸ ਇਜ਼ ਸਵੀਟ, ਐਂਡ LEEVME ਮੀਨਸ ਹੀ ਇਜ਼ ਇੰਟੈਲੀਜੈਂਟ। ਮਤਲਬ ਆਪਾਂ ਨੂੰ ਤਿੰਨ ਸੈਂਟੈਂਸ ਦਿੱਤੇ ਆ, ਪਹਿਲਾ ਸੈਂਟੈਂਸ ਹੈ ਡਰਿੰਕ ਫਰੂਟ ਜੂਸ, ਦੂਸਰਾ ਹੈ ਜੂਸ ਇਜ਼ ਸਵੀਟ, ਐਂਡ ਤੀਸਰਾ ਹੈ ਹੀ ਇਜ਼ ਇੰਟੈਲੀਜੈਂਟ। ਇਹਦੇ ਵਿੱਚ ਆਪਣੇ ਕੋਲ ਕਿੰਨੇ ਵਰਡਸ ਯੂਜ਼ ਕੀਤੇ ਹੋਏ ਆ? ਤਿੰਨ ਵਰਡ। ਠੀਕ ਹੈ, ਤੁਸੀਂ ਦੇਖ ਰਹੇ ਹੋ ਹਰ ਸੈਂਟੈਂਸ ਦੇ ਵਿੱਚ ਤਿੰਨ ਤਿੰਨ ਵਰਡ ਹੈ। ਇਹਨਾਂ ਤਿੰਨੋਂ ਵਰਡਸ ਦੀ ਕੋਈ ਨਾ ਕੋਈ ਕੋਡਿੰਗ ਕੀਤੀ ਹੋਈ ਹੈ। ਦੇਖੋ ਇਹ ਸਾਨੂੰ ਨਹੀਂ ਪਤਾ ਵੀ ਇਹ ਜਿਹੜੇ ਤਿੰਨ ਵਰਡ ਹੈ, ਜਿਹਦਾ ਟੀ ਹੈ ਇਹਦਾ ਮਤਲਬ ਡਰਿੰਕ ਹੈ, ਇਹ ਜ਼ਰੂਰੀ ਨਹੀਂ ਹੈ, ਇਹ ਆਰਡਰ 'ਚ ਨਹੀਂ ਹੁੰਦਾ। ਆਪਾਂ ਇਹ ਨਹੀਂ ਕਹਿ ਸਕਦੇ ਕਿ ਟੀ ਦਾ ਮਤਲਬ ਡਰਿੰਕ ਹੈ, ਸੀ ਦਾ ਮਤਲਬ ਫਰੂਟ ਹੈ, ਤੇ ਪੀ ਦਾ ਮਤਲਬ ਜੂਸ ਹੈ। ਇਹ ਅਸੀਂ ਨਹੀਂ ਕਹਿ ਸਕਦੇ। ਇਹਨਾਂ ਕੁਐਸਚਨਸ ਨੂੰ ਕਿੱਦਾਂ ਕਰਨਾ, ਕਿਉਂਕਿ ਜ਼ਰੂਰ ਇਹ ਬਹੁਤ ਤਰ੍ਹਾਂ ਸਿੰਬਲ ਵਾਈਜ਼ ਵੀ ਪੁੱਛਿਆ ਜਾ ਸਕਦਾ ਹੈ, ਕਿ ਤੁਹਾਨੂੰ ਵਰਡਸ ਵੀ ਦਿੱਤੇ ਗਏ ਹੋ ਸਕਦੇ, ਤੇ ਇਹਦਾ ਬੈਸਟ ਵੇ ਹੈਗਾ ਇਹਨਾਂ ਕੁਐਸਚਨ ਨੂੰ ਕਰਨ ਦਾ ਕਿ ਕੋਈ ਦੋ ਸੈਂਟੈਂਸ ਪੜੋ, ਉਹਨਾਂ 'ਚ ਦੇਖੋ ਕਿਹੜਾ ਵਰਡ ਕਾਮਨ ਹੈ। ਦੇਖੋ ਇਹਦੇ 'ਚ ਇਹਨੂੰ ਪੜੋ ਕੀ ਲਿਖਿਆ, ਡਰਿੰਕ ਫਰੂਟ ਜੂਸ। ਅਗਲਾ ਪੜੋ ਇਹਦੇ 'ਚ ਕੀ ਲਿਖਿਆ, ਜੂਸ ਇਜ਼ ਸਵੀਟ। ਹੁਣ ਤੁਹਾਨੂੰ ਇਹਨਾਂ ਦੋਨਾਂ ਸੈਂਟੈਂਸ ਦੇ ਵਿੱਚ ਕਿਹੜਾ ਵਰਡ ਹੈ ਜਿਹੜਾ ਕਾਮਨ ਮਿਲਿਆ? ਜੂਸ ਜੂਸ ਸਰ, ਇਹਦਾ ਮਤਲਬ ਇਹਦੇ 'ਚ ਇੱਕ ਵਰਡ ਕਾਮਨ ਹੈ ਜੂਸ, ਇਹਦਾ ਮਤਲਬ ਇਹਦੀ ਕੋਡਿੰਗ 'ਚ ਵੀ ਇੱਕ ਵਰਡ ਪੱਕਾ ਕਾਮਨ ਹੋਏਗਾ, ਉਹ ਕੀ ਹੈ? ਸੀ। ਇਹਦਾ ਮਤਲਬ ਤੁਹਾਨੂੰ ਪਤਾ ਚੱਲ ਗਿਆ ਕਿ ਸੀ ਕਿਹਦੇ ਲਈ ਕੋਡ ਕੀਤਾ ਉਹਨਾਂ ਨੇ, ਜੂਸ। ਆਪਾਂ ਨੂੰ ਕਿਹਦਾ ਕੱਢਣਾ, ਸਾਨੂੰ ਕੁਐਸਚਨ 'ਚ ਕਿਹਦਾ ਕੱਢਣ ਨੂੰ ਕਿਹਾ ਉਹਨਾਂ ਨੇ? ਚਲੋ ਹੁਣ ਆਪਾਂ ਪਹਿਲੇ ਦੋ ਪੜ੍ਹ ਲੈ, ਹੁਣ ਅਗਲਾ ਜਿਹੜਾ ਸਾਡਾ ਟਾਸਕ ਹੈ ਅਗਲੇ ਦੋ ਪੜ੍ਹੋ। ਜੂਸ ਇਜ਼ ਸਵੀਟ, ਹੀ ਇਜ਼ ਇੰਟੈਲੀਜੈਂਟ, ਕਿਹੜਾ ਕਾਮਨ ਹੈ? ਕਾਮਨ ਹੈ ਇਸ ਦੀ ਕੀ ਕੋਡਿੰਗ ਹੈ, ਕੀ ਕਾਮਨ ਹੈ ਇਹਨਾਂ ਦੋਨੇ? ਦੇਖੋ ਕੀ ਤੇ ਇੰਟੈਲੀ, ਲੀ ਕਾਮਨ ਹੈ ਸਰ। ਲੀ ਕਿਹਦੀ ਕੋਡਿੰਗ ਹੋਏਗੀ? ਇਸ ਦੀ। ਇਹਦਾ ਮਤਲਬ ਆਪਣੇ ਕੋਲ ਇੱਥੇ ਕੀ ਬਚ ਗਿਆ, ਸਵੀਟ, ਤੇ ਸਵੀਟ ਦੀ ਕੋਡਿੰਗ ਕੀ ਹੋਏਗੀ? ਕੀ ਕੀ ਆਇਆ ਸਮਝ? ਤੇ ਦਾ ਆਨਸਰ ਹੋਏਗਾ ਆਪਸ਼ਨ ਸੀ। ਕੋਈ ਡਾਊਟ ਹੈ ਇਸ ਕੁਐਸਚਨ? ਨੋ ਸਰ, ਸਮਝਾ ਲਓ ਇੱਕ ਵਾਰੀ ਫਿਰ, ਆਪਾਂ ਇੱਕ ਕੁਐਸਚਨ ਹੋ ਗਿਆ। ਠੀਕ ਹੈ, ਆਪਾਂ ਕੁਐਸਚਨ ਲੈਂਦੇ। ਇਹਦੇ 'ਚ ਫਿਰ ਦੇਖੋ ਕੀ ਕੀਤਾ ਹੋਇਆ, ਇਹ ਲਿਖੇ ਕਾਲ ਟਿਪ ਮੋਟ ਮੀਨਸ ਸਿੰਗਿੰਗ ਇਜ਼ ਐਪਰੀਸ਼ੀਏਬਲ, ਡਾਂਸਿੰਗ ਇਜ਼ ਗੁੱਡ, ਸਿੰਗਿੰਗ ਇਜ਼ ਗੁੱਡ। ਸਾਨੂੰ ਕਿਹਦਾ ਕੱਢਣ ਨੂੰ ਕਿਹਾ ਉਹਨਾਂ ਨੇ ਕੁਐਸਚਨ ਦੇ ਵਿੱਚ? ਗੁੱਡ ਗੁੱਡ। ਠੀਕ ਹੈ, ਆਪਾਂ ਗੁੱਡ ਦਾ ਕੱਢਣਾ, ਔਰ ਤਰੀਕਾ ਇੱਕੋ ਹੀ ਹੈ, ਦੋ ਸੈਂਟੈਂਸ ਪੜ੍ਹਨੇ ਆ। ਪਹਿਲੇ ਪਹਿਲੇ ਦੋ 'ਚੋਂ ਕਾਮਨ ਕੀ ਹੈ, ਦੇਖੋ ਕਿਹੜਾ ਵਰਡ ਕਾਮਨ ਹੈ, ਉਹ ਕਾਮਨ ਵਰਡ ਲੱਭੋ। ਇਜ਼ ਕਾਮਨ ਹੈ ਨਾ, ਤੇ ਦੇਖੋ ਕਿਹੜਾ ਕੋਡਿੰਗ ਵਾਲਾ ਵਰਡ ਕਾਮਨ ਹੈ, ਮੋਟ। ਇਹਦਾ ਮਤਲਬ ਮੋਟ ਕੋਡਿੰਗ ਹੈਗੀ ਹੈ ਇਸ ਦੀ। ਠੀਕ ਹੈ ਜੀ, ਇਸ ਦਾ ਵਰਡ ਤੁਹਾਡਾ ਖਤਮ ਹੋ ਗਿਆ, ਉੱਥੇ ਮੋਟ ਆਏਗਾ। ਹੁਣ ਅਗਲੇ ਦੋ ਪੜੋ, ਦੂਸਰਾ ਤੇ ਤੀਸਰਾ ਸੈਂਟੈਂਸ। ਡਾਂਸਿੰਗ ਦੀ, ਡਾਂਸਿੰਗ ਕਾਮਨ, ਡਾਂਸਿੰਗ ਵਰਡ ਕਾਮਨ, ਡਾਂਸਿੰਗ। ਅਗਰ ਡਾਂਸਿੰਗ ਵਰਡ ਕਾਮਨ ਹੈ ਤੇ ਇਹਦਾ ਮਤਲਬ ਕਿਹੜੀ ਕੋਡਿੰਗ ਹੈ ਜਿਹੜੀ, ਉਹ ਹੈਗਾ ਬੈਸ। ਠੀਕ ਹੈ, ਤੇ ਆਪਾਂ ਨੂੰ ਚਾਹੀਦਾ ਸੀ ਗੁੱਡ ਹੋਣੇ, ਤੇ ਗੁੱਡ ਬਚ ਗਿਆ। ਤੀਸਰੀ ਟਾਈਪ ਹੈ ਔਰ ਸਭ ਤੋਂ ਵਧੀਆ ਇੰਟਰਸਟਿੰਗ ਟਾਈਪ ਇਹ ਵਾਲੀ ਹੈ।
ਈਜ਼ੀਲੀ ਕਿਉਂਕਿ ਇਹਦੇ ਚ ਕੀ ਹੁੰਦਾ ਕਿ ਆਪਾਂ ਨੂੰ ਜੋ ਗਿਵਨ ਡੇਟਾ ਨਾ ਉਹਦੇ ਚ ਕਿਤੇ ਆਨਸਰ ਹਿਡਨ ਹੈ ਪਰ ਪ੍ਰੋਬਲਮ ਇਹ ਹੈ ਕਿ ਕਈ ਕਦੋਂ ਜਦੋਂ ਇਹ ਥੋੜੇ ਜਿਹੇ ਕੰਪਲੈਕਸ ਹੋ ਜਾਂਦੇ ਨਾ ਵੀ ਪਤਾ ਨਹੀਂ ਕਈ ਵਾਰੀ ਉਹਨਾਂ ਨੇ ਕੋਡਿੰਗ ਇੱਦਾਂ ਦੀ ਕੀਤੀ ਹੁੰਦੀ ਹੈ ਕਿ ਉਹ ਨੰਬਰ ਹੁੰਦੇ ਆ ਕਿ ਉਹਨੂੰ ਨੰਬਰ ਤੇ ਜਿੱਦਾਂ ਪਤਾ ਕਿੱਦਾਂ ਦੀ ਕੋਡਿੰਗ ਵੀ ਹੁੰਦੀ ਹੈ ਤੁਸੀਂ ਇੱਕ ਚੀਜ਼ ਨੂੰ ਇੱਦਾਂ ਸਮਝਣਾ ਤਾਂ ਮੈਂ ਇੱਕ ਐਗਜ਼ਾਮਪਲ ਦਿੰਦਾ ਆਪਾਂ ਫਿਰ ਨੈਕਸਟ ਕੁਐਸਚਨ ਕਰਦੇ ਹਾਂ ਆ ਦੇਖੋ ਜਿੱਦਾਂ ਮੰਨ ਲਓ ਮੈਂ ਆ ਸਿੰਗਿੰਗ ਜਿਹੜਾ ਵਰਡ ਹੈ ਨਾ ਜਿਹੜਾ ਸਿੰਗਿੰਗ ਵਰਡ ਹੈ ਚਲੋ ਮੈਂ ਤੁਹਾਨੂੰ ਉਹਦੀ ਲਿਖ ਕੇ ਦਿਖਾ ਇੱਕ ਇਹਦੀ ਕੋਡਿੰਗ ਇਸ ਤਰ੍ਹਾਂ ਵੀ ਕੀਤੀ ਜਾ ਸਕਦੀ ਹੈ ਆ ਜਿਹੜੀ ਪਹਿਲਾ ਪਹਿਲਾ ਸੈਂਟੈਂਸ ਨਾ ਉਹਦੀ ਕੋਡਿੰਗ ਆ ਵੀ ਹੋ ਸਕਦੀ ਹੈ ਠੀਕ ਹੈ ਜਿਹੜਾ ਦੂਸਰਾ ਉਹਦੀ ਕੋਡਿੰਗ ਇਹ ਵੀ ਹੋ ਸਕਦੀ ਹੈ ਹੁਣ ਕੋਈ ਦੱਸ ਸਕਦਾ ਹੈ ਕਿਸ ਹਿਸਾਬ ਨਾਲ ਕੋਡਿੰਗ ਕੀਤੀ ਅਗਰ ਮੰਨ ਲਓ ਮੈਂ ਇਸ ਕੁਐਸਚਨ ਦੀ ਕੋਡਿੰਗ ਇਸ ਤਰ੍ਹਾਂ ਕਰ ਦਵਾਂ ਤੇ ਕੋਈ ਦੱਸ ਸਕਦਾ ਕਿ ਇਹ ਕਿੱਦਾਂ ਕੀਤੀ ਗਈ ਆ ਨਹੀਂ ਹੈਗੀ ਕੋਡਿੰਗ ਹੁਣ ਅੱਗ ਮੈਂ ਖਤਮ ਕਰਤੀ ਹੁਣ ਮੈਂ ਇੱਕ ਨਵੀਂ ਕੋਡਿੰਗ ਬਣਾਈ ਕੋਈ ਦੱਸ ਸਕਦਾ ਵੀ ਇਹ ਕੋਡਿੰਗ ਕਿੱਦਾਂ ਬਣੀ ਹੈ ਦੱਸੋ ਜ਼ਰਾ ਔਰ ਫਿਰ ਆਨਸਰ ਦੱਸੋ ਗੁੱਡ ਦਾ ਆਨਸਰ ਕੀ ਹੋਇਆ ਸਰ ਇਨ ਮਤਲਬ ਜਿੰਨੇ ਜਿੰਨੇ ਵਰਡਸ ਇਹ ਹੈਗੇ ਆ ਉਹਦੇ ਬੇਸ ਤੇ ਕਰੈਕਟ ਕਰੈਕਟ ਇਸ ਤਰ੍ਹਾਂ ਕੀਤਾ ਗਿਆ ਜਿੱਦਾਂ ਦੇਖੋ ਇਹਦੇ ਵਿੱਚ ਹੈਗਾ ਸਿੰਗਿੰਗ ਇਜ਼ ਐਪਰੀਸ਼ੀਏਬਲ ਸਿੰਗਿੰਗ ਦੇ ਵਿੱਚ ਕਿੰਨੇ ਆ ਐਲਫਾਬੈਟਸ 7 ਹੈ ਇਹਦਾ ਮਤਲਬ 7 ਸਿੰਗਿੰਗ ਦਾ ਤੇ ਇਸ ਦੇ ਵਿੱਚ 2 ਹੈ ਐਪਰੀਸ਼ੀਏਬਲ ਚ 11 ਮਤਲਬ ਤੁਹਾਨੂੰ ਪਤਾ ਲੱਗ ਗਿਆ ਇਹ ਕੋਡਿੰਗ ਕਿੱਦਾਂ ਕੀਤੀ ਗਈ ਹੈ ਨੰਬਰ ਆਫ ਲੈਟਰਸ ਮਤਲਬ ਜਿੱਦਾਂ ਐਗਜ਼ਾਮਿਨਰ ਦਾ ਦਿਮਾਗ ਕੰਮ ਕਰ ਗਿਆ ਨਾ ਉਹਨੇ ਜੋ ਲਗਾਉਣਾ ਉਹ ਕੋਡਿੰਗ ਲਗਾ ਦੇਣੀ ਹੈ ਇਸੇ ਤਰ੍ਹਾਂ ਦੇਖੋ ਡਾਂਸਿੰਗ ਦਾ 7 ਆ ਗਿਆ ਇਸ ਦਾ 2 ਆ ਗਿਆ ਗੁੱਡ ਦਾ 4 ਆ ਗਿਆ ਇੱਥੇ 7 ਇਹ 7 ਇਹ 3 ਪਰ ਕਿਸੇ ਵੀ ਆਰਡਰ ਚ ਦਿੱਤੇ ਹੋ ਸਕਦੇ ਇਸ ਕਰਕੇ ਗੁੱਡ ਦਾ ਆਨਸਰ ਇਹਦਾ ਕਿੰਨਾ ਬਣ ਜਾਏਗਾ ਅਗਲਾ ਤੁਸੀਂ ਕਰਨਾ ਹੁਣ ਠੀਕ ਹੈ ਚਲੋ ਇਹਦਾ ਆਨਸਰ ਦੱਸੋ ਸਭ ਤੋਂ ਪਹਿਲਾਂ ਆਪਾਂ ਹੁਣ ਇੱਕ ਲਾਸਟ ਕੁਐਸਚਨ ਕਰਕੇ ਡੈ ਨੰਬਰ ਵਾਲਾ ਪਹਿਲੇ ਸਾਡੇ ਮਾਈਂਡ ਚ ਉਹੀ ਹੋਏਗਾ ਵੀ ਆਪਾਂ ਸਾਰਿਆਂ ਨੇ ਪਹਿਲਾਂ ਅਲਫਾਬੈਟ ਗਿਣੇ ਹੋਣੇ ਆ ਵੀ ਉਸ ਹਿਸਾਬ ਨਾਲ ਤਾਂ ਨਹੀਂ ਬਣਦੇ ਹਰ ਵਾਰ ਨਹੀਂ ਲੱਗੇਗਾ ਮੈਂ ਤਾਂ ਤੁਹਾਨੂੰ ਸਰਵੇ ਦੀ ਐਗਜ਼ਾਮਪਲ ਦਿੰਦਾ ਠੀਕ ਹੈ ਹੁਣ ਆਪਾਂ ਫਿਰ ਉਹੀ ਪਹਿਲੀ ਸਟ੍ਰੈਟੇਜੀ ਸਾਡੀ ਹਮੇਸ਼ਾ ਇਹੀ ਹੈ ਕਿ ਪਹਿਲੇ 2 ਸੈਂਟੈਂਸ ਪੜ੍ਹ ਕੇ ਦੇਖਣਾ ਮੇਰਾ ਵਿੱਚ ਵਰਡ ਕਾਮਨ ਕਿਹੜਾ ਹੈ ਕਾਮਨ ਵਰਡ ਕਿਹੜਾ ਹੈ ਗੁੱਡ ਸਰ ਗੁੱਡ ਤੇ ਨੰਬਰ ਕਿਹੜਾ ਕਾਮਨ ਆ ਰਿਹਾ ਹੈ 8 ਮਤਲਬ 8 ਦੀ ਕੋਡਿੰਗ ਹੈਗੀ ਹੈ ਗੁੱਡ ਠੀਕ ਹੈ ਅਗਲੇ 2 ਸੈਂਟੈਂਸ ਪੜੋ ਗੁੱਡ ਰੈਡ ਰੋਜ਼ ਫਰ ਰੋਜ਼ ਐਂਡ ਫਰੂਟ ਕਾਮਨ ਕਿਹੜਾ ਰੋਜ਼ ਸਰ ਤੇ ਰੋਜ਼ ਦੀ ਕੋਡਿੰਗ ਹੈਗੀ 3 ਇਹਦਾ ਮਤਲਬ ਆਪਾਂ ਨੂੰ ਕਿਹਦੀ ਚਾਹੀਦੀ ਹੈ ਆਪਾਂ ਨੂੰ ਸਵੀਟ ਦੀ ਚਾਹੀਦੀ ਹੈ ਚਲੋ ਤੇ ਫਿਰ ਰੈਡ ਦੀ ਕੋਡਿੰਗ ਕੀ ਹੋਏਗੀ 7 ਠੀਕ ਹੈ ਚਲੋ
ਹੁਣ ਆਪਾਂ ਨੂੰ ਨਹੀਂ ਮਿਲਿਆ ਆਨਸਰ, ਆਪਾਂ ਨੂੰ ਹੁਣ ਇੱਥੋਂ ਫਿਰ ਹੁਣ ਆਪਾਂ ਫਸਟ ਤੇ ਥਰਡ ਪੜ੍ਹਦੇ ਹਾਂ, ਸਵੀਟ ਫਰੂਟ ਐਂਡ ਫਰੂਟ ਕੀ ਕਾਮਨ ਹੈ? ਫਰੂਟ, ਫਰੂਟ ਵਨ ਫਰੂਟ ਦਾ ਕਿਹੜਾ ਵਨ ਆ ਰਿਹਾ ਕਾਮਨ ਫਰੂਟ ਦਾ? ਇਹਦਾ ਮਤਲਬ ਸਵੀਟ ਦੀ ਕੋਡਿੰਗ ਬੱਚੀ ਫਿਰ ਫਾਈਵ ਫਾਈਵ ਆਇਆ ਸਮਝ? ਹਾਂਜੀ ਸਰ, ਮਤਲਬ ਆਪਾਂ ਸਟੇਟਮੈਂਟ ਨੂੰ ਬਸ ਬਾਰ ਬਾਰ ਪੜ੍ਹੀ ਜਾਣਾ ਵੀ ਆਪਾਂ ਕਿੰਨੇ ਵਰਡ ਉਹ ਚੋਂ ਕੱਢ ਸਕਦੇ ਹਾਂ, ਐਕਸਟ੍ਰੈਕਟ ਕਰਨਾ ਡੇਟਾ, ਆਇਆ ਸਮਝ? ਚਲੋ ਇੱਕ ਹੋਰ ਸਿੱਧਾ ਦੇ ਦਿਓ, ਲੈਫਟ ਮੁੜ ਗਈ ਉਹ ਜਾਂਦੇ, ਫਸਟ ਲੈਫਟ। ਸਰ 8 ਓਕੇ, ਕਿਸੇ ਹੋਰ ਦਾ ਆਨਸਰ? ਹੋਰ ਕੋਈ 8 ਨਹੀਂ ਜਾਣਾ ਚਾਹੋ? ਸਰ 8 ਹੀ ਹੈ। 8 ਹੀ ਹੈ। ਚਲੋ ਆਪਾਂ ਇੱਕ ਚੀਜ਼, ਚਲੋ ਥੋੜਾ ਜਿਹਾ ਆਪਾਂ ਨਾ ਇਹਦੇ ਚ ਇੱਕ ਨਵਾਂ ਕਨਸੈਪਟ ਹੋਰ ਸਿੱਖ ਰਹੇ ਹਾਂ। ਕਈ ਵਾਰੀ ਇਹ ਸਾਡੇ ਕੰਮ ਬਹੁਤ ਆਉਂਦਾ ਕਿਉਂਕਿ ਰੀਜ਼ਨਿੰਗ ਐਪਟੀਟਿਊਡ ਨਾ ਹਮੇਸ਼ਾ ਸ਼ਾਰਟਕਟ ਨਾਲ ਜਾਣਾ ਜਾਂਦਾ ਤੇ ਆਪਾਂ ਆਪਣਾ ਕੰਮ ਸੌਖਾ ਕਰਨਾ ਹੈ। ਦੇਖੋ ਆਪਾਂ ਜਦੋਂ ਕੁਸ਼ਚਨ ਪੜ੍ਹਦੇ ਹਾਂ ਨਾ, ਇੱਦਾਂ ਦਾ ਕੁਸ਼ਚਨ ਜਦੋਂ ਵੀ ਆਏ, ਮੈਂ ਤਾਂ ਪਹਿਲੇ ਤੁਹਾਨੂੰ ਕਹੂੰਗਾ ਕਿ ਇਹਨੂੰ ਕਦੀ ਨਹੀਂ ਪੜ੍ਹਨਾ ਕਰੋ, ਠੀਕ ਹੈ? ਸਭ ਤੋਂ ਪਹਿਲਾਂ ਪੜ੍ਹਨਾ ਸਾਨੂੰ ਚਾਹੀਦਾ ਕੀ ਹੈ, ਸਾਨੂੰ ਕਿਹੜੀ ਵਰਡ ਦੀ ਕੋਡਿੰਗ ਕਹੀ ਹੈ ਉਹਨੂੰ, ਠੀਕ ਹੈ? ਸਮਝ ਗਏ? ਹੁਣ ਆਪਾਂ ਜਦੋਂ ਤਿੰਨੋਂ ਸੈਂਟੈਂਸ ਪੜ੍ਹੇ, ਸਾਨੂੰ ਐਂਡ ਕਿਹੜੀ ਲਾਈਨ ਚੋਂ ਮਿਲਦਾ ਪਿਆ? ਲਾਸਟ ਵਾਲੀ ਲਾਈਨ, ਲਾਸਟ ਵਾਲੀ, ਗੁੱਡ ਐਂਡ ਬੈਡ ਹੈ ਨਾ ਥਰਡ, ਤੇ ਉਹਦੇ ਤਿੰਨ ਕੋਡਿੰਗ ਕਿਹੜੀ ਹੈ? 3, 5, 8 ਹੈ ਨਾ। ਮਤਲਬ ਤੁਹਾਡਾ ਜਿਹੜਾ ਆਨਸਰ ਹੈ ਉਹ ਜਾਂ ਤਾਂ 3 ਹੋਏਗਾ ਜਾਂ 5 ਹੋਏਗਾ ਜਾਂ 8 ਹੋਏਗਾ, ਇਦਾਂ ਹੀ। ਹਾਂਜੀ ਸਰ, ਆਪਸ਼ਨ ਚ 3 ਹੈ ਹੀ ਨਹੀਂ, ਦੇਖੋ ਆਪਸ਼ਨ ਚ 3 ਹੈ ਨਹੀਂ, 5 ਔਰ ਸਿਰਫ 8 ਕੀ ਹੈਗਾ 5 ਔਰ 8। ਮੰਨ ਲਓ ਚ 5 ਵੀ ਨਾ ਹੁੰਦਾ, ਕੀ ਸਾਨੂੰ ਕੁਐਸਚਨ ਸੋਲਵ ਕਰਨਾ ਪੈਂਦਾ? ਨੋ ਸਰ, ਕਰਨਾ ਹੀ ਨਹੀਂ ਹੈ। ਆ ਚੀਜ਼ਾਂ ਥੋੜੀਆਂ ਜਿਹੀਆਂ ਲੈ ਕੇ ਆਓ ਆਪਣੇ, ਇਹ ਵਾਲੀਆਂ ਸਕਿੱਲ ਬਹੁਤ ਜ਼ਰੂਰੀ ਹੈ ਕਿ ਕਈ ਵਾਰੀ ਕੀ ਹੁੰਦਾ ਆਪਾਂ ਨੂੰ ਆਪਸ਼ਨ ਚੋਂ ਆਨਸਰ ਦਿਖ ਜਾਂਦਾ, ਸਾਨੂੰ ਸੋਲਵ ਨਹੀਂ ਕਰਨਾ, ਹਾਂਜੀ ਠੀਕ ਹੈ? ਹੁਣ ਹੁਣ ਸਾਡੇ ਲਈ ਪ੍ਰੋਬਲਮ ਕੀ ਹੈ ਕਿ ਜਾਂ ਤਾਂ 5 ਹੈ ਜਾਂ 8 ਹੈ, ਤੇ ਆਪਾਂ ਦੇਖੀਏ ਕਿ 5 ਕਿਸੇ ਹੋਰ ਚ ਵੀ ਦਿੱਤਾ ਹੋਇਆ, ਇਹ ਚ 5 ਦੇਖੋ, ਫਸਟ ਚ 5 ਇਹ ਚ ਕਾਮਨ ਹੈ, ਇਹਦਾ ਮਤਲਬ, ਪਰ ਇਹਦੇ ਚ ਐਂਡ ਤਾਂ ਹੈ ਨਹੀਂ, ਇਹਦਾ ਮਤਲਬ 5 ਸਾਡਾ ਆਨਸਰ ਹੈ ਹੀ ਨਹੀਂ, ਇਹਦਾ ਮਤਲਬ ਆਨਸਰ ਹੀ 8 ਹੈ, ਠੀਕ ਹੈ ਨਾ? ਇਸ ਤਰ੍ਹਾਂ ਵੀ ਕਰ ਸਕਦੇ ਹਾਂ ਨਾ ਆਪਾਂ, ਸਮਝੇ ਲੌਜਿਕ? ਹਾਂਜੀ ਸਰ, ਹਾਂਜੀ, ਮੈਂ ਕੋਈ ਰਿਪੀਟ ਕਰ ਦਿੰਦਾ ਜਿਨ੍ਹਾਂ ਨੂੰ ਸਮਝ ਨਹੀਂ ਆਈ। ਦੇਖੋ ਆਪਾਂ ਨੂੰ ਇਸ ਕੁਐਸਚਨ ਦੇ ਵਿੱਚ ਐਂਡ ਚਾਹੀਦਾ ਸੀ, ਤੇ ਐਂਡ ਸਾਨੂੰ ਨਾ ਪਹਿਲੀ ਲਾਈਨ 'ਚ ਦਿਖ ਰਿਹਾ ਨਾ ਦੂਜੀ 'ਚ ਦਿਖ ਰਿਹਾ, ਉਹ ਦਿਖ ਰਿਹਾ ਸਿਰਫ ਤੀਜੀ 'ਚ। ਅਗਰ ਹਾਂਜੀ ਤੀਜੀ ਐਂਡ ਹੈ, ਇਹਦਾ ਮਤਲਬ ਇਹਦਾ ਜਿਹੜਾ ਆਨਸਰ ਹੈ ਉਹ ਜਾਂ ਤਾਂ 3 ਹੈ ਜਾਂ 5 ਹੈ ਜਾਂ 8 ਹੈ, ਸਹੀ ਗੱਲ ਸਮਝ? ਹੁਣ ਹਾਂਜੀ, ਆਪਾਂ ਆਪਣੇ ਗਏ ਆਪਸ਼ਨ 'ਚ, ਆਪਸ਼ਨ 'ਚ 3 ਤਾਂ ਹੈ ਹੀ ਨਹੀਂ, ਪਹਿਲਾ ਨੰਬਰ 3 ਹੈ, ਇਹ 'ਚ 3 ਹੈ ਨਹੀਂ, ਇਹਦਾ ਮਤਲਬ 3 ਆਨਸਰ ਹੋ ਨਹੀਂ ਸਕਦਾ, ਕੱਟ ਦਿਓ, ਠੀਕ ਹੈ? ਫਿਰ ਆ ਗਿਆ 5 ਤੇ 8, ਮਤਲਬ ਆਨਸਰ 5 ਹੀ ਆਏਗਾ, ਦੋਨੋਂ ਹੈਗੇ ਆਪਸ਼ਨ 'ਚ, ਕੋਈ ਵੀ ਸਹੀ ਹੋ ਸਕਦਾ। ਫਿਰ ਆਪਾਂ ਦੇਖਿਆ ਕਿ 5 ਐਂਡ 8 ਉੱਪਰ ਕਿਤੇ ਹੋਰ ਹੈਗਾ, ਇੱਥੇ ਹੈਗਾ 5,
ਇਹਦਾ ਮਤਲਬ 5 ਅਗਰ ਇੱਥੇ ਯੂਜ਼ ਕੀਤਾ ਗਿਆ ਔਰ 5 ਇੱਥੇ ਵੀ, ਇਹਦਾ ਮਤਲਬ ਉੱਪਰ ਵਾਲੀ ਲਾਈਨ 'ਚ ਐਂਡ ਤਾਂ ਹੈ ਨਹੀਂ, ਇਹਦਾ ਮਤਲਬ 5 ਜਿਹੜੀ ਕੋਡਿੰਗ ਹੈ ਉਹ ਐਂਡ ਦੀ ਨਹੀਂ ਹੈਗੀ। ਬੱਚਿਆ ਕੀ ਆਪਣੇ ਕੋਲ 8, ਇਹਦਾ ਮਤਲਬ 8 ਇਹਦਾ ਆਨਸਰ ਹੋਇਆ, ਸਮਝੇ? ਅਦਰਵਾਈਜ਼ ਜੇ ਤੁਸੀਂ ਆਪਣੇ ਪਹਿਲੇ ਲੌਜਿਕ ਨਾਲ ਜਾਓ, ਪਹਿਲੀਆਂ ਦੋ ਲਾਈਨਾਂ ਪੜੀਆਂ, ਕਾਮਨ ਵਰਡ ਕਿਹੜਾ ਹੈ ਆਰ, ਤੇ ਆਰ ਦੀ ਕੋਡਿੰਗ ਕੀ ਹੈ 6, 6 ਕਾਮਨ ਹੈ ਨਾ, ਠੀਕ ਹੈ। ਫਿਰ ਅਗਲੀਆਂ ਦੋ ਪੜੀਆਂ ਉਹ 'ਚ ਕਾਮਨ ਹੈ ਬੈਡ, ਤੇ ਬੈਡ ਨੂੰ ਬੈਡ ਨਾਲ ਕੱਟ ਦਿੰਦੇ ਆ, ਤੇ ਆਪਣੇ ਕੋਲ 3 ਜਿਹੜਾ ਉਹ ਆ ਗਿਆ, 3 ਦੇ ਨਾਲ 3 ਕਹਿੰਦੇ। ਚਲੋ ਹੁਣ ਆਪਣੇ ਕੋਲ ਪਹਿਲੇ 'ਚ ਬਚਿਆ ਯੂ ਗੁੱਡ, ਤੇ ਇੱਥੇ ਬਣਿਆ ਗੁੱਡ ਐਂਡ, ਤੇ ਇਹ 'ਚ ਕਾਮਨ ਹੈ ਗੁੱਡ 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 ਦੇ ਨਾਲ ਆਪਣਾ 5 ਕੱਟਿਆ ਗਿਆ, ਠੀਕ ਹੈ। ਤੇ ਇੱਥੇ ਆਪਣੇ ਕੋਲ ਲਾਸਟ ਕੀ ਬਚਿਆ, ਠੀਕ ਹੈ। ਕਿਸੇ ਵੀ ਤਰੀਕੇ ਨਾਲ ਕਰ ਸਕਦੇ ਆ, ਪਰ ਦੇਖੋ ਕੋਸ਼ਿਸ਼ ਇਹ ਕਰੋ, ਪਹਿਲੀ ਕੋਸ਼ਿਸ਼ ਇਹ ਹੋਣੀ ਚਾਹੀਦੀ ਵੀ ਤੁਹਾਡਾ ਆਂਸਰ ਨਿਕਲਣਾ ਚਾਹੀਦਾ, ਤੇ ਤੁਹਾਨੂੰ ਲੱਗੇ ਵੀ ਹੁਣ ਤੁਹਾਨੂੰ ਇਹਦਾ ਆਂਸਰ ਕੱਢਣਾ ਆ ਗਿਆ। ਦੂਜੀ ਕੋਸ਼ਿਸ਼ ਹੋਣੀ ਚਾਹੀਦੀ ਹੈ ਵੀ ਤੁਸੀਂ ਆਪਣਾ ਟਾਈਮ ਕਿੰਨਾ ਬਚਾ ਸਕਦੇ ਹੋ, ਜਲਦੀ ਕਿੱਦਾਂ ਕਰ ਸਕਦੇ ਹੋ, ਕਿਹੜੇ ਹੋਰ ਲੌਜਿਕ, ਕਿਉਂਕਿ ਜਿੰਨੇ ਲੌਜਿਕ ਤੁਸੀਂ ਆਪਣੇ ਮਾਈਂਡ ਨਾਲ ਲਾਓਗੇ ਉਹਨਾਂ ਤੁਸੀਂ ਸਿੱਖੋਗੇ। ਜਦੋਂ ਤੁਸੀਂ ਆਪਣਾ ਦਿਮਾਗ ਯੂਜ ਕਰਕੇ ਕੋਈ ਚੀਜ਼ ਕਰਦੇ ਹੋ ਨਾ, ਉਹ ਤੁਸੀਂ ਜਲਦੀ ਸਿੱਖਦੇ ਹੋ, ਠੀਕ ਹੈ। ਚਲੋ ਇੱਕ ਆਹ ਵਾਲੇ ਤਰ੍ਹਾਂ ਦੇ ਕੁਸ਼ਚਨ ਵੀ ਆਉਂਦੇ ਆ, ਜਰਾ ਇਹਦਾ ਆਨਸਰ ਦੱਸੋ ਕੀ ਹੈ, ਲੌਜੀਕਲ ਹੈ, ਕੋਈ ਸਮਝਾਉਣ ਦੀ ਲੋੜ ਨਹੀਂ ਹੈ, ਪੜੋ ਜਰਾ। ਵਾਈਟ ਇਸ ਕਾਲਡ ਬਲੂ, ਯੈਲੋ ਸਰ, ਯੈਲੋ। ਯੈਲੋ, ਕਿਸੇ ਹੋਰ ਦਾ ਕੋਈ ਹੋਰ ਆਨਸਰ ਵੀ ਹੈਗਾ ਤੇ ਵੀ ਦੱਸ ਦਿਓ, ਪਲੀਜ਼, ਯੈਲੋ ਤੋਂ ਇਲਾਵਾ। ਹਾਂਜੀ ਯੈਲੋ ਸਰ, ਸਭ ਯੈਲੋ ਦੇ ਨਾਲ ਐਗਰੀ। ਇਹ ਵੀ ਇੱਕ ਕੋਡਿੰਗ ਦੀ ਕੋਡਿੰਗ ਦੀ ਲੈਂਗੁਏਜ ਵਿੱਚ ਆਪਾਂ ਕਲਰ ਕੋਡਿੰਗ ਕੀਤੀ ਹੁੰਦੀ ਹੈ ਕੁਝ ਨਾ, ਠੀਕ। ਦੇਖੋ ਇਹ ਕੁਐਸਚਨ ਕੀ ਲਿਖਿਆ ਕਿ ਤੁਹਾਡੇ ਲਈ ਵਾਈਟ ਕੀ ਹੈ, ਬਲੂ, 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 ਬਲੂ ਕੀ ਹੈ, ਰੈਡ, ਰੈਡ ਕੀ ਹੈ, ਯੈਲੋ, ਯੈਲੋ ਕੀ ਹੈ, ਗ੍ਰੀਨ, ਗ੍ਰੀਨ ਕੀ ਹੈ, ਬਲੈਕ, ਬਲੈਕ, ਬਲੈਕ ਕੀ ਹੈ, ਵਾਇਲਟ, ਵਾਇਲਟ ਕੀ ਹੈ, ਔਰੇਂਜ, ਐਂਡ ਵਾਟ ਇਜ਼ ਦ ਕਲਰ ਆਫ ਦ ਹਿਊਮਨ ਬਲੱਡ। ਸਾਨੂੰ ਸਾਰਿਆਂ ਨੂੰ ਪਤਾ ਕਲਰ ਆਫ ਹਿਊਮਨ ਬਲੱਡ ਦਾ ਰੈੱਡ ਹੁੰਦਾ, ਪਰ ਇਹਦੇ ਵਿੱਚ ਰੈੱਡ ਨੂੰ ਕੀ ਕਿਹਾ ਗਿਆ, ਯੈਲੋ, ਯੈਲੋ, ਯੈਲੋ ਦਾ ਆਨਸਰ ਹੈਗਾ। ਮੈਂ ਤੁਹਾਨੂੰ ਇੱਕ ਸੁਜੈਸ਼ਨ ਦਊਂਗਾ ਇਦਾਂ ਦੇ ਕੁਐਸਚਨ ਦੇ ਲਈ, ਕਿ ਜਦੋਂ ਵੀ ਇਦਾਂ ਦਾ ਕੁਐਸਚਨ ਆਇਆ ਨਾ ਵਾਈਟ, ਕਿਉਂਕਿ ਪਹਿਲੀ ਸੈਂਟੈਂਸ ਪੜ੍ਹਦੇ ਤੁਹਾਨੂੰ ਪਤਾ ਤਾਂ ਲੱਗ ਹੀ ਜਾਣਾ ਕਿ ਇਹ ਸਟਾਈਲ, ਇਸ ਟਾਈਪ ਦੇ ਕੁਐਸਚਨ ਨੂੰ ਕਦੀ ਵੀ ਸ਼ੁਰੂ ਤੋਂ ਨਹੀਂ ਪੜ੍ਹਨਾ, ਹਮੇਸ਼ਾ ਲਾਸਟ ਤੋਂ ਪੜ੍ਹਨਾ ਕਿ ਪੁੱਛਿਆ ਕੀ ਹੈ, ਲਾਸਟ ਕੀ ਪੁੱਛਿਆ, ਸਿਰਫ ਸਿੱਧਾ ਲਾਸਟ ਵਾਲੀ ਲਾਈਨ ਪੜ੍ਹਨੀ ਹੈ ਇਦਾਂ ਦੇ ਕੁਐਸਚਨ, ਕਲਰ ਆਫ ਹਿਊਮਨ ਬਲੱਡ ਸਾਨੂੰ ਸਾਰਿਆਂ ਨੂੰ ਪਤਾ ਰੈੱਡ, ਫਿਰ ਬਸ ਇਹ ਦੇਖੋ ਵੀ ਰੈੱਡ ਨੂੰ ਕਿਹਾ ਕੀ ਗਿਆ, ਬਸ ਖਤਮ। ਪੂਰਾ ਪੜ੍ਹਨ ਦਾ ਟਾਈਮ ਬਰਬਾਦ ਆ, ਤੁਸੀਂ ਐਵੇਂ ਇੰਨੇ ਉਹ ਵਰਡ ਪੜ੍ਹ ਕੇ ਦਿਮਾਗ ਖਰਾਬ ਕਰਨ ਵਾਲੀ ਗੱਲ ਹੋ ਜਾਂਦੀ, ਠੀਕ ਹੈ। ਇਦਾਂ ਦੇ ਕੁਐਸਚਨ ਨੂੰ ਹਮੇਸ਼ਾ ਲਾਸਟ ਤੋਂ ਸ਼ੁਰੂ ਕਰਨਾ, ਸਮਝੇ? ਹਾਂਜੀ ਸਰ, ਸਰ ਚਲੋ ਟਰਾਈ ਕਰੋ, ਪਹਿਲਾਂ ਵਾਲ ਲਾਸਟ ਤੋਂ ਸ਼ੁਰੂ ਕਰਿਓ, ਦੈਨ ਵਾਟ ਵੀ ਕਾਲਡ, ਉਸ ਤੋਂ ਬਾਅਦ ਕਰ ਲਈ ਇਨਫੋਰਮੇਸ਼ਨ। ਫਲਾਈਂਗ ਦਸ, ਕਰੈਕਟ, ਲਿਜ਼ਰਡ, ਆਪਾਂ ਕਹਿੰਦੇ ਲਿਜ਼ਰਡ ਕੀ ਹੁੰਦਾ ਹੈ ਪੰਜਾਬੀ ਚ, ਲਿਜ਼ਰਡ ਨੂੰ ਕੀ ਕਹਿੰਦੇ ਆ ਆਪਾਂ, ਛਿਪਕਲੀ, ਛਿਪਕਲੀ, ਠੀਕ ਹੈ। ਹਾਂਜੀ, ਅੱਜ ਦੱਸਣਾ ਵੀ ਛਿਪਕਲੀ ਨੂੰ ਅਸੀਂ ਇੱਥੇ ਕੀ ਕਵਾਂਗੇ, ਕੁਐਸਚਨ ਇਹ ਹੈ, ਪਹਿਲੀ ਲਾਈਨ 'ਚ ਲਿਖਿਆ ਐਨੀਮਲ ਜਿਹੜੇ ਵਾਕ ਕਰਦੇ ਉਹਨੂੰ ਸਵਿਮਰ ਕਹਿੰਦੇ ਆ, ਛਿਪਕਲੀ ਵਾਕ ਨਹੀਂ ਕਰਦੀ, ਐਨੀਮਲ ਨੂੰ ਕਰਾਲੋ ਕਰਾਲ ਕਰਦੀ ਹੈ, ਹਾਂਜੀ ਸਰ, ਆਪਾਂ ਉਹਨੂੰ ਕੀ ਕਵਾਂਗੇ, ਫਲਾਈਂਗ।
ਤੇ ਉਹ ਲਿਵਿੰਗ ਇਨ ਵਾਟਰ ਵੀ ਨਹੀਂ ਹੈ, ਤੇ ਆਪਾਂ ਉਹਨੂੰ ਸਨੇਕਸ ਵੀ ਨਹੀਂ ਕਹਿ ਸਕਦੇ, ਨਾ ਉਹ ਫਲਾਈ ਕਰਦੀ ਹੈ, ਤੇ ਨਾ ਹੰਟਰਸ ਵੀ ਨਹੀਂ ਕਹਿ ਸਕਦੇ। ਇਸ ਕਰਕੇ ਇਸ ਕੁਐਸਚਨ ਦਾ ਆਂਸਰ ਕੀ ਹੋਏਗਾ? ਫਲਾਈ। ਫਲਾਈ। ਸਮਝ ਰਹੇ? ਹਾਂਜੀ ਸਰ। ਤੇ ਇਹ ਵਾਲੀ ਜਿਹੜੀ ਆਪਣੇ ਟਾਈਪ ਸੀ ਇਹ ਸੀ ਕੋਡਿੰਗ ਡੀਕੋਡਿੰਗ ਦੀ ਲਾਸਟ ਮਿਕਸਡ ਵਾਲੀ। ਠੀਕ ਹੈ, ਤੇ ਇੱਕ ਤੁਹਾਨੂੰ ਅੱਜ ਮੈਂ ਇਹਦੀ ਸ਼ੀਟ ਸੈਂਡ ਕਰ ਦਿੰਦਾ ਮਿਕਸਡ ਵਾਲੀ ਦੀ, ਉਹਨੂੰ ਦੇਖ ਲਓ। ਪਰ ਜਿਹੜੀ ਤੁਹਾਡਾ ਜਿਹੜਾ ਤੁਹਾਡਾ ਪਰਸੋਂ ਵਾਲਾ ਸੈਸ਼ਨ ਹੈ ਨਾ, ਉਹ ਸਭ ਤੋਂ ਇੰਪੋਰਟੈਂਟ ਹੈ, ਕਿਉਂਕਿ ਉਹਦੇ ਵਿੱਚ ਔਨ ਸਕਰੀਨ ਕੀ ਕਰਨਾ ਆਪਾਂ, ਮੈਂ ਇੱਕ ਸ਼ੀਟ ਖੋਲਣੀ ਹੈ, ਹਰ ਇੱਕ ਕੁਐਸਚਨ ਦਾ ਤੁਹਾਨੂੰ ਟਾਈਮਰ ਦੇਣਾ ਵੀ ਆਹ ਕੁਐਸਚਨ ਹੈ, ਇਹਨੂੰ ਸੋਲਵ ਕਰੋ। ਠੀਕ ਹੈ, ਉਹ ਕੁਐਸਚਨ ਦੇ ਤੁਸੀਂ ਮੈਨੂੰ ਆਨਸਰ ਕਰਨੇ ਆ, ਤੇ ਤੁਸੀਂ ਆਪਣੇ ਆਪ ਨੂੰ ਜੱਜ ਕਰ ਪਾਓਗੇ ਵੀ ਤੁਸੀਂ ਕੋਡਿੰਗ ਡੀਕੋਡਿੰਗ ਚ ਕਿੰਨਾ ਤਿਆਰ। ਸਮਝ ਗਏ? ਆਪਾਂ ਉਸ ਦਿਨ ਕੋਈ 10 ਕੁਐਸਚਨ ਕਰਾਂਗੇ, ਪੈਟਰਨ ਸਮਝ ਲਓ ਕੀ ਹੈ। ਤੁਸੀਂ ਜਿੰਨੀਆਂ ਵੀ ਟਾਈਪ ਕਰ ਲਈਆਂ ਨਾ, ਉਹ ਸਾਰੀਆਂ ਰਿਵਾਈਜ਼ ਕਰਨੀਆਂ ਪਰਸੋਂ ਤੱਕ। ਉਹਦੇ ਕੁਐਸਚਨ ਦੇ ਟਾਈਪ ਤੁਹਾਨੂੰ ਪਤਾ ਕਿੱਦਾਂ ਕਿੱਦਾਂ ਦੇ ਕੁਐਸਚਨ ਹੁੰਦੇ ਆ। ਉਸ ਤੋਂ ਬਾਅਦ ਆਪਾਂ 10 ਕੁਐਸਚਨ ਕਰਨੇ ਆ, ਸਾਰੇ ਜਿਹੜੇ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਦਾ, ਸਟਾਰਟਿੰਗ ਫਰੋਮ ਦੀ, ਮਤਲਬ ਮੈਂ ਸ਼ੁਰੂ ਕਰੂੰਗਾ ਈਅਰ ਵਾਈਜ਼ ਕਿ ਆਹ ਈਅਰ ਦਾ ਕੁਐਸਚਨ ਹੈ, ਇਹ ਵਾਲੇ ਈਅਰ ਦਾ ਕੁਐਸਚਨ ਹੈ। ਉਹ 10 ਕੁਐਸਚਨ ਤੁਹਾਡੇ ਸਾਹਮਣੇ ਆਣਗੇ, ਇੱਕ ਕੁਐਸਚਨ ਮੈਂ ਐਟ ਅ ਟਾਈਮ ਸਕਰੀਨ ਤੇ ਡਿਸਪਲੇ ਕਰੂੰਗਾ, ਉਸ ਕੁਐਸਚਨ ਨੂੰ ਤੁਸੀਂ ਉਹਦਾ ਸੋਲੂਸ਼ਨ ਜਿਹੜਾ ਉਹ ਫਾਇੰਡ ਕਰਨਾ, ਮੈਂ ਤੁਹਾਨੂੰ ਟਾਈਮ ਦਊਂਗਾ, ਉਹ ਟਾਈਮ ਦੇ ਨਾਲ ਤੁਸੀਂ ਉਹਨੂੰ ਸੋਲਵ ਕਰੋਗੇ, ਜਿੰਨਾ ਵੀ ਟਾਈਮ ਤੁਸੀਂ ਲੈਣਾ ਚਾਹੁੰਦੇ ਉਹਨੂੰ ਲਓ, 1 ਮਿੰਟ ਜਾਂ 1.5 ਮਿੰਟ ਦਾ ਟਾਈਮ ਲਊਗਾ। ਉਹ 'ਚ ਤੁਸੀਂ ਆਪਣੇ ਜਿਹੜੇ ਵੀ ਆਂਸਰ ਤੁਹਾਡੇ ਆ ਰਿਹਾ ਉਹ ਤੁਸੀਂ ਮੈਨੂੰ ਨਾ ਨਾਲ ਜਿਹੜਾ ਮੈਸੇਜਸ ਵਾਲਾ ਬਾਕਸ ਨੂੰ, ਉਹ 'ਚ ਆਪਣਾ ਆਂਸਰ ਭੇਜਣਾ, ਵੀ ਉੱਥੇ ਬੋਲ ਕੇ ਨਹੀਂ ਦੱਸਣਾ ਵੀ ਇਹਦਾ ਇਹ ਆਂਸਰ ਹੈ, ਬਸ ਤੁਸੀਂ ਆਪਸ਼ਨ ਲਿਖ ਦੇਣਾ ਵੀ ਏ ਕਰੈਕਟ ਹੈ ਬੀ ਕਰੈਕਟ ਹੈ। ਫਿਰ ਆਪਾਂ ਨਾ ਇੱਕ ਸਕੋਰਿੰਗ ਸ਼ੀਟ ਬਣਾਵਾਂਗੇ ਨਾਲ, ਅਗਰ ਤੁਹਾਡਾ ਆਂਸਰ ਕਰੈਕਟ ਹੋਇਆ ਤੇ ਤੁਹਾਨੂੰ 1 ਮਾਰਕ ਦੇਵਾਂਗੇ, ਅਗਰ ਨਹੀਂ ਹੋਇਆ ਤੇ -0.25। ਬਸ ਇਹ ਕਰਨਾ। ਓਕੇ ਸਰ। ਠੀਕ ਹੈ, ਬਸ ਇੰਨਾ ਹੀ ਕਰਦੇ। ਹੈਲੋ ਸਰ। ਹਾਂਜੀ ਸਰ, ਇੱਕ ਨਾ ਅਤੇ ਕੋਰਸ ਦੇ ਵਿੱਚ ਇੱਕ ਤੀਰਥ ਸਰ ਦੀ ਵੀਡੀਓ ਐਡ ਕਰੀ ਹੋਈ ਸੀ, ਜਿਵੇਂ ਤੁਹਾਨੂੰ ਹੁਣੇ ਲਾਸਟ ਕੁਐਸਚਨ ਕਰਵਾਇਆ ਇਦਾਂ ਦੇ, ਉਹਦੇ ਚ ਨਾ ਐਵੇਂ ਕਿਹਾ ਹੋਇਆ ਸੀ ਵੀ ਜਿਵੇਂ ਕੁਛ ਰੈਡ ਇਜ ਕਾਲਡ ਬਲੂ, ਜਿਵੇਂ ਹੁਣ ਇੱਥੇ ਇੱਕ ਕੁਐਸਚਨ ਕਰਿਆ ਸੀ, ਬਟ ਉਹ ਚ ਕੁਛ ਕੁ ਕੁਐਸਚਨ ਦੇ ਵਿੱਚ ਬੈਕਵਰਡ ਜਾ ਰਹੇ ਸੀਗੇ, ਉਹ ਕੀ ਕਨਸੈਪਟ ਹੈ? ਉਹ ਭੇਜ ਦੋ ਕੁਐਸਚਨ ਨੂੰ ਦੇਖ ਲਾਂਗੇ। ਠੀਕ ਹੈ ਜੀ। ਚਲੋ ਠੀਕ ਹੈ। ਓਕੇ ਸਰ।